सत श्रीकाल जी, मैं तुहाडा अपना भगवंत मान। जदों असी पंजाब दे विच चोणां दा प्रचार कर रहे सी, लगभग हर स्टेज ते असी एक गल कहिंदे सी कि पंजाब दे लोकां दे चुल्ल्यां दी अग बुझदी जांदी है, बेरोज़गारी जिहड़ी है ਉਹ ਬਹੁਤ ਵੱਡੇ ਪੱਧਰ 'ਤੇ ਫੈਲੀ ਹੋਈ ਹੈ ਅਤੇ ਨਾਲ ਅਸੀਂ ਵਾਅਦਾ ਕਰਦੇ ਸੀ ਕਿ ਜੇ ਤੁਸੀਂ ਸਾਡੀ ਸਰਕਾਰ ਬਣਾਓਗੇ, ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓਗੇ ਤਾਂ ਸਭ ਤੋਂ ਪਹਿਲੀ ਕੈਬਨਿਟ ਜਿਹੜੀ ਮੀਟਿੰਗ ਹੋਊਗੀ ਉਹਦੇ ਵਿੱਚ ਹਰੇ ਰੰਗ ਦਾ ਪੈਨ ਜਿਹੜਾ ਕਿ ਲੋਕ ਦੇਣਗੇ ਸਾਨੂੰ ਫੈਸਲੇ ਕਰਨ ਵਾਲਾ, ਉਹ ਸਭ ਤੋਂ ਪਹਿਲਾਂ ਬੇਰੁਜ਼ਗਾਰੀ ਦੂਰ ਕਰਨ ਲਈ ਚੱਲੂਗਾ। ਕਿਉਂਕਿ ਸਾਡੇ ਧੀਆਂ ਪੁੱਤ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਨੇ ਕਿਉਂਕਿ ਇੱਥੇ ਉਹਨਾਂ ਨੂੰ ਕੁਛ ਨਜ਼ਰ ਨਹੀਂ ਆਉਂਦਾ। ਸੋ ਅੱਜ ਪੰਜਾਬ ਦੀ ਨਵੀਂ ਬਣੀ ਕੈਬਨਿਟ ਦੀ ਪਹਿਲੀ ਮੀਟਿੰਗ ਸੀ ਅਤੇ ਮੈਨੂੰ ਦੱਸਦਿਆਂ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਮੀਟਿੰਗ ਦੇ ਵਿੱਚ ਹੀ ਅਸੀਂ ਆਪਣਾ ਵਾਅਦਾ ਪੂਰਾ ਕੀਤਾ ਹੈ। ਹਰੇ ਰੰਗ ਦਾ ਉਹ ਪੈਨ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੇ ਹੱਕ ਚੱਲਿਆ। 25,000 ਨੌਕਰੀਆਂ, 25,000 ਸਰਕਾਰੀ ਨੌਕਰੀਆਂ, ਉਹਦਾ ਜਿਹੜਾ ਏਜੰਡਾ ਉਹ ਜਿਹੜਾ ਕੈਬਨਿਟ ਦੇ ਵਿੱਚ ਅੱਜ ਪਾਸ ਹੋਇਆ ਹੈ, ਜਿਹਦੇ ਵਿੱਚ 10,000 ਪੰਜਾਬ ਪੁਲਿਸ ਦੇ ਵਿੱਚ ਨੇ ਅਲੱਗ ਅਲੱਗ ਅਹੁਦਿਆਂ 'ਤੇ ਅਤੇ 15,000 ਅਲੱਗ ਅਲੱਗ ਗੌਰਮੈਂਟ ਦੇ ਡਿਪਾਰਟਮੈਂਟ, ਬੋਰਡ ਅਤੇ ਕਾਰਪੋਰੇਸ਼ਨਾਂ 'ਚ ਨੇ। ਜਿੰਨੀਆਂ ਵੀ ਨੌਕਰੀਆਂ ਮਿਲਣਗੀਆਂ ਉਹ ਡਿਗਰੀ ਮੁਤਾਬਕ ਮਿਲਣਗੀਆਂ, ਜਿਹੜਾ ਜਿੰਨਾ ਪੜ੍ਹਿਆ ਹੋਇਆ ਹੈ, ਜਿਹਨੇ ਜਿੰਨੀ ਵੱਡੀ ਡਿਗਰੀ ਲਈ ਹੈ ਉਹਨੂੰ ਉੱਡੀ ਵੱਡੀ ਨੌਕਰੀ ਮਿਲੂ। ਕੋਈ ਭੇਦਭਾਵ ਜਾਂ ਕੋਈ ਸਿਫਾਰਿਸ਼ ਜਾਂ ਰਿਸ਼ਵਤ ਨਹੀਂ ਚੱਲੂਗੀ, ਆਮ ਆਦਮੀ ਪਾਰਟੀ ਦਾ ਇਹ ਵਾਅਦਾ ਹੈ। ਸੋ ਮੈਂ ਇੱਕ ਵਾਰੀ ਫਿਰ ਤੁਹਾਨੂੰ ਇਹ ਖੁਸ਼ਖਬਰੀ ਦੇਣ ਲੱਗਿਆਂ ਪੰਜਾਬੀਆਂ ਨੂੰ ਕਿ ਇੱਕ ਮਹੀਨੇ ਦੇ ਵਿੱਚ ਇਹਦੀ ਐਡਵਰਟਾਈਜ਼ਮੈਂਟ ਅਤੇ ਨੋਟੀਫਿਕੇਸ਼ਨ ਹੋ ਜਾਊਗਾ, ਜਿੰਨੀਆਂ ਵੀ ਫੋਰਮੈਲਿਟੀਆਂ ਨੇ ਉਹ ਪੂਰੀਆਂ ਕਰ ਲਈਆਂ ਜਾਣਗੀਆਂ। 25,000 ਸਰਕਾਰੀ ਨੌਕਰੀਆਂ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਏਜੰਡਾ ਲੈ ਕੇ ਆਏ ਸੀ, ਉਹ ਪਾਸ ਹੋਇਆ। 10,000 ਪੁਲਿਸ ਦੀਆਂ ਨੇ ਅਤੇ 15,000 ਸਿਵਲ ਦੀਆਂ, ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਦੀਆਂ, ਕਾਰਪੋਰੇਸ਼ਨਾਂ ਦੀਆਂ, ਬੋਰਡਾਂ ਦੀਆਂ। ਮੈਂ ਸਾਰਿਆਂ ਨੂੰ ਇਹੀ ਗੱਲ ਕਹੂੰਗਾ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਬਾਕੀ ਗਰੰਟੀਆਂ ਵੀ ਪੂਰੀਆਂ ਕਰਾਂਗੇ। ਤੁਹਾਡਾ ਸਾਥ ਚਾਹੀਦਾ, ਥੋੜ੍ਹਾ ਸਮਾਂ ਦਿਓ। ਅਸੀਂ ਸਰਕਾਰ ਜਿਹੜੀ ਹੈ ਉਹ ਤੁਹਾਡੇ ਲਈ ਬਣਾਈ ਹੈ,